ਦੋਸਤੋ ਇਸ ਵੀਡੀਓ ਨੂੰ ਇਤਨਾ ਤੋਂ ਇਤਨਾ ਸ਼ੇਅਰ ਕਰੋ, ਇਹ ਜਿਹੜਾ ਵਜ਼ੀਰ ਆਜ਼ਮ ਨਿਗਰਾਨ ਕਾਕੜ ਸਾਹਿਬ ਬੈਠਾ ਰਹੀ ਹੈ, ਮੇਰੀ ਵੀਡੀਓ ਉਹਦੇ ਤੱਕ ਪਹੁੰਚਣੀ ਚਾਹੀਦੀ ਹੈ। ਅਤੇ ਕਾਕੜ ਸਾਹਿਬ ਮੇਰਾ ਪੈਗਾਮ ਹੈ ਤੈਨੂੰ ਖਾਸ ਤੌਰ, ਜਿਵੇਂ ਤੂੰ ਗਰੀਬ ਕਿਸਾਨ ਅਤੇ ਜੱਟ ਦੀ ਤਬਾਹੀ ਕਰਕੇ ਗਈਆਂ ਨਾ, ਇਹ ਮੇਰੀ ਝੋਲੀ ਹੈ। ਅਰੇ ਸੱਤ ਚੋਲੋ ਕਰੋ ਸੱਤ, ਸੱਤ ਚੋਲੋ ਗਏ ਮਾਸ਼ਾਅੱਲਾ। ਗੀਟੀ ਡੰਡਾ ਗੁੱਲੀ ਡੰਡਾ ਬੜੇ ਦੀਆਂ ਬਾਅਦ। ਦੋਸਤੋ ਤੁਸੀਂ ਸਵੇਰ ਦੇ ਪਿਓ ਸਾਡਾ ਆਪਣਾ ਯੂਟਿਊਬ ਚੈਨਲ ਨਸੀਬ ਆਪਣਾ ਟੀਵੀ, ਤੇ ਅੱਜ ਦਾ ਮਜ਼ੇਦਾਰ ਹੋਣ ਵਾਲਾ ਵੀ ਲਾਓ, ਤੁਸੀਂ ਸਾਡੇ ਨਾਲ ਰਹੋ, ਅੱਜ ਤੁਹਾਨੂੰ ਪੁਰਾਣਾ ਖੇਲ ਵੀ ਖਾਂਦੇ ਪਏ ਆ। ਸ਼ਾਬਾਸ਼ ਸਬਰ ਕਰ, ਨਹੀਂ ਸਬਰ ਰੱਖ ਰੱਖ ਹੀ ਤਾਂ ਨਾ ਪਿਆ ਉੱਲੂ ਦੇ ਪੱਠੇ ਆ, ਇੱਕ ਡੋਲ ਤੁਰਨਾ ਮੁਰਾਦ ਟੋਲ ਬਣਾਇਆ ਤਾ ਜਿਵੇਂ ਬਣਾ ਜਾਈ, ਨਹੀਂ ਕੋਈ ਨੀ ਬਣਿਆ ਪਿਆ ਟੋਲ ਬਣਾਇਆ ਤਾ, ਬਣਾ ਟੋਲ ਟੋਲ ਬਣਾ ਮਿੰਟ ਬਾ ਬੇਈਮਾਨੀ ਵਾਲੀ ਗੱਲ ਕਾਹ ਨੀ। ਦੋਸਤੋ ਸਾਡੀ ਵੀਡੀਓ ਇੰਟਰਟੇਨਮੈਂਟ ਕਰਨ ਦੀ ਪਈ ਹੋਵੇ ਤਾਂ ਵੀਡੀਓ ਸਾਡੀ ਜ਼ਰੂਰ ਲਾਈਕ ਮਰੇ ਸੋ, ਡੰਡਾ ਰੱਖਦੇ ਪਏ ਆ ਚੈੱਕ ਕਰੋ ਚਲੋ। ਅੱਛਾ ਕੋਈ ਗੱਲ ਨੀ, ਹੁਣ ਸਾਡੀ ਵਾਰੀ ਹੋ ਗਈ ਹੈ ਖਤਮ। ਕਦਾਂ ਨਾ ਆਇਆ ਵਿੱਚ ਇਹ ਜਿਹੜਾ ਚੋਰ ਖੇਡਦਾ ਪਿਆ। ਅੱਛਾ ਚਲ ਜਾ ਪਲ ਪਿਆ, ਚਾਹ ਛੋੜੋ ਇਹਨੂੰ, ਚਾਹ ਛੋੜੋ ਮਾਸ਼ਾ ਅੱਲਾ, ਡੰਡਾ ਰੱਖੋ ਓਏ ਚਬਲਾ ਨਹੀਂ ਮਾਰਨੀ ਆ, ਵੀਡੀਓ ਬਣਦੀ ਪਈ ਹੈ। ਸ਼ਾਬਾਸ਼ ਪੁੱਤਰ ਸ਼ਾਬਾਸ਼ ਮੇਰਾ ਪੁੱਤਰ, ਇਹ ਡੰਡਾ ਤੇਰੇ ਆਪਣੇ ਜੇਡਾ ਹੈ, ਇੱਥੋਂ ਗੀਟੀ ਚਵੀਂਦੀ ਹੈ, ਮੈਨੂੰ ਇਹ ਤਾਂ ਦੱਸ ਆਹਾ ਉਥਾਂ ਹੀ ਰੱਖ ਉਥਾਂ ਹੀ, ਚੱਲ ਲੱਗੂ ਲੱਗ ਚੱਲ ਬਾਈ ਅੱਗ ਲਾਵੇ। ਮਾਸ਼ਾਅੱਲਾ ਦੋਸਤੋ, ਅਗਰ ਸਾਡਾ ਵਲੌਗ ਤੁਹਾਨੂੰ ਪਸੰਦ ਆਉਂਦਾ ਪਈ ਹੋਵੇ ਤਾਂ ਸਾਡਾ ਚੈਨਲ ਜ਼ਰੂਰ ਸਬਸਕ੍ਰਾਈਬ ਕਰੇ ਸੋ, ਤੇ ਨਵੀਂ ਵਾਰੀ ਆ ਗਈ ਹੈ ਬੈਚ ਹੂਰ ਦੀ। ਚੱਲ ਡੰਡਾ ਪੀਆ ਚਾਹ, ਖੇਡ ਤੂੰ ਮੇਰੇ ਉੱਤੋਂ ਆ ਜਾਵੇ, ਅੱਗੇ ਜਾ ਤਾਂ ਖੇਡ ਲਵੇ ਆ, ਵੱਧ ਲਾ ਕੈਚ ਹੋ ਗਈ ਹੈ, ਦੂਜੇ ਨੰਬਰ ਵਾਲਾ ਛੂਆ ਦਾ ਕੈਚ ਹੋ ਗਿਆ, ਪਹਿਲੇ ਵਾਲੇ ਕੋਲ ਡੰਡਾ ਨਹੀਂ ਚਵਿਆ, ਉਹਦੇ ਆਪਣੇ ਕੱਦ ਜਿਹੜਾ ਜਿਹੜਾ ਆਏ ਖਲੋਤਾ ਮਸ਼ੂਮ ਬੱਚਾ। ਚੱਲ ਬਾਈ ਸ਼ਾਬਾਸ਼ ਖਲੋ ਗਏ ਮੈਨੂੰ ਮਾਰਨ ਦੇ, ਓਏ ਉਰਦੇ ਗੀਟੀ ਮੈਂਦੇ ਪਿਛੜ ਵਾਂ, ਤੁਹਾਡੇ ਕੋਲ ਨਹੀਂ ਲੱਗਦੀ ਇਥੋਂ ਹਟ ਵਾਂ, ਤੇਰੀ ਗੀਟੀ ਫੜ ਲਵੇ ਆ, ਠੀਕ ਹੈ ਫੜ ਲਵੇ ਆ, ਥਾਂ ਫੜ ਲਵੇ ਆ, ਠੀਕ ਹੈ ਫੜ ਲਵੇ ਫੜ ਲਵੇ ਆ, ਠੀਕ ਹੈ। ਏ ਬਾਈ ਸ਼ੂਰ ਇਸ ਵਾਰੀ ਨੰਬਰ ਲਾਏ ਗਈ ਆ, ਏ ਓਏ ਚੱਲ ਪੁੱਤਰ ਚੱਲ ਚੱਲ ਇੱਧੇ ਗਈ ਵਿੱਚ ਤਮਾਕੂ ਏ ਗਈ ਤਾਂ ਆਊਟ, ਸ਼ਾਬਾਸ਼ ਸ਼ਾਬਾਸ਼ ਤੇਰੇ ਕਾਜ ਜਿਹੜਾ ਡੰਡਾ ਹੈ, ਬਸ ਕਰ ਬਸ ਕਰ ਬਸ ਕਰ ਬਸ ਕਰ ਚੱਲ ਬਾਈ ਹਾਂ ਲੱਖ ਅਜੇ ਤਾਂ ਪਰਾ ਰੱਖ, ਚੱਲ ਬਣਿਆ ਪਿਆ ਟੋਲ ਜਿਹਦੇ ਮਰਦੀ ਮਾਰ, ਹਵਾ ਹੀ ਨਾ ਨਿਕਲ ਵੰਜੀ, ਸ਼ਾਬਾਸ ਇੱਥੇ ਲੱਗਦਾ ਹੀ ਨਹੀਂ ਕੋਈ ਨਾਕ, ਨਹੀਂ ਲੱਗਦਾ ਬਸ ਕਰ ਚੱਲ ਡੰਡਾ ਰੱਖ ਤੂੰ ਹਟ ਵੱਲ ਲੱਗ ਗਈ ਆਈ ਗੀਟੀ ਨਾ ਮਾਰੀ, ਚੱਲ ਬਾਈ ਹੁਣ ਚੌਥੇ ਨੰਬਰ ਵਾਲਾ ਆਉਂਦਾ ਪਿਆ, ਸ਼ਾਬਾਸ਼ ਬਾਈ ਸ਼ਾਬਾਸ਼। ਦੋਸਤੋ ਅੱਜ ਤੁਹਾਨੂੰ ਪੁਰਾਣੇ ਜ਼ਮਾਨੇ ਵਾਲਾ ਤੇ 2000
सन 1992-93 वाला खेल तुहानू विखाइंदे पए आ ते उम्मीद करेने आ तुहानू पसंद हमसी ते अगर पसंद हमसी ते साडा चैनल जरूर सब्सक्राइब करे सो बच गई है ਕਿਵੇਂ ਗੱਲ ਹੈ ਮਾਮਾ ਦਾ ਬਸ਼ਕ ਪੁਰਾਣਾ ਖੇਲ ਹੈ ਜਾਂ ਨਵਾਂ ਪੁਰਾਣਾ ਪੁਰਾਣਾ ਬਹੁ ਪੁਰਾਣਾ ਚੱਲ ਭਾਈ ਨਹੀਂ 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 ਤੁਹਾਡਾ ਕੰਮ ਨਹੀਂ ਉਹ ਤੇਰਾ ਕੰਮ ਹੈ ਨਹੀਂ 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 ਓਏ ਖਲੋ ਓਰੇ ਮੈਂ ਦੇ ਹਟ ਮੈਂ ਪਰ ਤੁਹਾਡੇ ਕੋਲ ਨਹੀਂ ਲੱਗਦਾ ਹਟ ਮੇਰੀ ਵਾਰੀ ਆ ਗਈ ਮਾਸ਼ਾਅੱਲਾ ਮੇਰੀ ਵਾਰੀ कैमरा फाड़ खोलो उठे सिरे मैं इधर फोकस रखना है कहीं नेड़े भाई तो वाक लो वाक वाक दियो थोड़ा जे होरा के रहे हो खलो यार दोस्तों हुन मेरी अपनी बारी आ गई है मोड़ दोबारा ਮਮਦ ਬਾਸ਼ਕ ਨੂੰ ਖੇਡਣ ਦਿਓ ਮਮਦ ਬਾਸ਼ਕ ਨੂੰ ਚੱਲ ਭਾਈ ਆਓ ਸੱਤਵੇਂ ਨੰਬਰ ਤੇ ਭਾਈ ਬਾਲਾਂ ਦੇ ਨਾਲ ਅਸਰ ਰਲ ਗਏ ਚਿਟੀਆਂ ਦਾੜੀਆਂ ਵਾਲੇ ਬਿਲਕੁਲ ਵਸੀਮ ਕਿਵੇਂ ਗੱਲ ਹੈ ਇੰਨੇ ਗੱਲ ਹੈ ਮਜ਼ਾ ਆਉਂਦਾ ਪਿਆ ਗੇਮ ਦਾ ਜੇ ਕੋਈ ਨਾ ਆਉਂਦਾ ਪਿਆ ਬਸ ਬਸ ਮਜ਼ਾ ਲਾਈ ਥਾਈ ਖਲੋ ਕੇ ਸਾਡੀ ਗੇਮ ਦਾ ਚੱਲ ਭਾਈ ਫਤਣੀ ਨੇ ਹਾਂ ਸ਼ਾਬਾਸ਼ ਭਾਈ ਕੈਮਰਾ ਸਾਡਾ ਜਬੀ ਗਈ ਚੱਲ ਭਾਈ ਪਹਿਲੇ ਨੰਬਰ ਵਾਲੇ ਆ ਪਹਿਲੇ ਨੰਬਰ ਵਾਲਾ ਆਵੇ ਪਹਿਲੇ ਨੰਬਰ ਵਾਲਾ ਅੱਲਾ ਪਾਕ ਤੇਰੀ ਉਹਨੇ ਤਬਾਈ ਕੱਢੇ ਸੀ ਤੇ ਵੇਖਣਾ ਜੀਂਦੇ ਆ ਅੱਲਾ ਪਾਕ ਇੱਕ ਦੀਵਾਰ ਤੈਨੂੰ ਕਸ਼ਕੌਲ ਫਤਾਈ ਸੀ ਤੇ ਤੂੰ ਦਰ ਦਰ ਤੇ ਪਿੰਸੇ ਮੇਰੀ ਇਹ ਤੇਰੇ ਵਾਸਤੇ ਬਦ ਦੁਆ ਹੈ ਪਈ ਤੂੰ ਗਰੀਬਾਂ ਦੀ ਤਬਾਹੀ ਕਰ ਦਿੱਤੀ ਹੈ ਪੂਰੇ ਪਾਕਿਸਤਾਨ ਦੇ ਵਿੱਚ ਕਿਸਾਨਾਂ ਦੀ ਤੂੰ ਤਬਾਹੀ ਕਰਕੇ ਰੱਖ ਦਿੱਤੀ ਹੈ ਤੋ ਛੋੜਿਆ ਹੀ ਕੁਝ ਨਹੀਂ ਕਿਸਾਨ ਤੇ ਜੱਟ ਦੇ ਪੱਲੇ ਕਿਉਂਕਿ ਉਹਨਾਂ ਦੀਆਂ ਜਦੋਂ ਗੰਦਮ ਤਿਆਰ ਹੋਈ ਹੈ ਤੋਂ ਇਹ ਬਾਹਰੋਂ ਇੰਪੋਰਟ ਕਰਕੇ ਤੇ ਸਟਾਕ ਕਰਕੇ ਤੇ ਤੂੰ ਸਿਰ ਲੈ ਗਈਆਂ ਘਰ ਵੰਜ ਕੇ ਉਹ ਤੂੰ ਤਾਂ ਬੈਠਾ ਹੈ ਜ਼ੌਕੀ ਏਸੀਆਂ ਦੇ ਵਿੱਚ ਤੈਨੂੰ ਕਿਹੜੀ ਸ਼ਾਨ ਦਾ ਪਤਾ ਜੱਟ ਤੇ ਗਰੀਬ ਦੀ ਦਾ ਕਿਸ ਤਰੀਕੇ ਉਹ ਮਿਹਨਤ ਕਰਦਾ ਕਿਤਨੀਆਂ ਮਜਬੂਰੀਆਂ ਹੁੰਦੀਆਂ ਨੇ ਉਹਦੀਆਂ ਛੋਟੇ ਛੋਟੇ ਉਹਨਾਂ ਦੇ ਬੱਚੇ ਹੁੰਦੇ ਨੇ ਗਰੀਬ ਬੰਦੇ ਦੇ ਜੱਟ ਦੇ ਕਿਸਾਨ ਦੇ ਉਹ ਉਹਨਾਂ ਦੇ ਮੂੰਹ ਦੇ ਵਿੱਚ ਰੋਜ਼ੀ ਖੋ ਕੇ ਤੇ ਇਹ ਉਹ ਗੰਦਮ ਨੂੰ ਪਲੈਂਦਾ ਕਿਉਂ ਕੱਲ੍ਹ ਨੂੰ ਮੇਰੀ ਰੋਜ਼ੀ ਬਣ ਸੀ ਮੈਨੂੰ ਸੇਲ ਹੀ ਕਰੇ ਸਾਂ ਅਤੇ ਪੂਰਾ ਪਾਕਿਸਤਾਨ ਦੇ ਵਿੱਚ ਸੇਲ ਹੀ ਉਹ ਸੀ ਪੂਰਾ ਪਾਕਿਸਤਾਨ ਹੀ ਖਮ ਸੀ ਅਤੇ ਮੈਂ ਵੀ ਇਹਦੇ ਵਿੱਚੋਂ 4 ਪੈਸੇ ਕਮਾਸਾਂ ਅਤੇ ਤੂੰ ਛੋੜੀ ਕਾਸ਼ਾ ਨਹੀਂ ਕਿਸਾਨ ਦੇ ਪੱਲੇ ਉਹ ਖੁਦਾ ਤੈਨੂੰ ਗਰਕ ਕਰੇ ਅੱਲਾ ਪਾਕ ਤੈਨੂੰ ਗਰਕ ਕਰੇ ਅਤੇ ਤੂੰ ਨਜ਼ਰ ਹੀ ਨਾ ਆਵੇ ਸਾਡੇ ਪਾਕਿਸਤਾਨ ਦੇ ਵਿੱਚ ਤੂੰ ਤਾਂ ਸਾਡੀ ਤਬਾਹੀ ਕਰਕੇ ਰੱਖ ਦਿੱਤੀ ਹੈ ਅਤੇ ਬਾਕੀ ਦੋਸਤੋ ਇਸ ਵੀਡੀਓ ਨੂੰ ਇਤਨਾ ਦਬਾ ਅਤੇ ਸ਼ੇਅਰ ਕਰੋ ਇਤਨਾ ਦਬਾ ਕੇ ਸ਼ੇਅਰ ਕਰੋ ਇਹ ਕਾਕੜ ਸਾਹਿਬ ਤੱਕ ਵੀਡੀਓ ਮੇਰੀ ਜਾਣੀ ਚਾਹੀਦੀ ਹੈ ਦੋਸਤੋ ਅੱਜ ਦੇ ਵਲੌਗ ਦਾ ਕਰਿੰਦੇ ਪਏ ਆਂ ਇਥਾਂ ਹੀ ਐਂਡ ਅਗਰ ਸਾਡਾ ਵਲੌਗ ਉਮੀਦ ਕਰਿੰਦੇ ਆਂ ਤੁਹਾਨੂੰ ਪਸੰਦ ਆਇਆ ਸੀ ਅਗਰ ਪਸੰਦ ਆਇਆ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰੇ ਸੋ ਅਤੇ ਮਿਲਸਾਂ ਕਿਸੇ ਨੈਕਸਟ ਵਲੌਗ ਦੇ ਵਿੱਚ ਤਦ ਤੱਕ ਲਈ ਅੱਲਾ ਹਾਫਿਜ਼ ਬਾਏ